ਜੀ ਜਨਾਬ ਅਸਲਾਮ ਵਾਲੇਕੁਮ ਜੀ ਵਾਲੇਕੁਮ ਸਲਾਮ ਭਾਈ ਸਾਹਿਬ ਅਸੀਂ ਇਸ ਦੋਸਤਾਂ ਵਾਸਤੇ ਮਾਸ਼ਾਅੱਲਾ 5-6-7 ਜਨਵਰੀ ਦੀ ਵੀਡੀਓ ਲੈ ਕੇ ਆਏ ਹਾਂ ਇਨਸ਼ਾਅੱਲਾ ਦੋਸਤਾਂ ਨੂੰ ਭਾਈਆਂ ਨੂੰ ਬੱਚੇ ਦੇਖਣਗੇ ਔਰ ਪਸੰਦ ਆਉਣਗੀਆਂ ਜਨਾਬ ਵੈਨ ਨੰਬਰ 1 ਬਹੁਤ ਵੱਡੀ ਵੈਨ ਹੈ ਸਾਹਿਬ ਦਿਖਾ ਰਹੇ ਹਾਂ ਜੀ ਜੀ ਜਨਾਬ ਮਾਸ਼ਾਅੱਲਾ ਕੋਈ ਤਕਰੀਬਨ 8-10 ਦਿਨ ਕੱਢਦੀ ਵੇ ਜੀ ਜੀ ਬਹੁਤ ਅਸਲਾਮ ਵਾਲੇਕੁਮ ਸਭ ਦੋਸਤਾਂ ਨੂੰ ਭਾਈਆਂ ਨੂੰ ਬੱਚਿਆਂ ਨੂੰ ਮੇਰੀ ਤਰਫੋਂ ਸੇਠ ਸਾਹਿਬ ਦੀ ਤਰਫੋਂ ਇਮਰਾਨ ਦੀ ਤਰਫੋਂ ਸਭ ਨੂੰ ਅਸਲਾਮ ਵਾਲੇਕੁਮ ਜਨਾਬ ਅਸੀਂ ਅੱਜ 5-6-7 ਜਾਨਵਰਾਂ ਦੀ ਵੀਡੀਓ ਲੈ ਕੇ ਆਏ ਹਾਂ ਔਰ ਇਨਸ਼ਾਅੱਲਾ ਸਭ ਦੋਸਤਾਂ ਨੂੰ ਭਾਈਆਂ ਨੂੰ ਪਸੰਦ ਆਵੇਗੀ ਬੈਡ ਨੰਬਰ 1 ਜੀ ਬਲੈਕ ਰੰਗ ਦੀ ਬੈਡ ਹੈ ਮੂੰਹ 'ਚੋਂ ਛਿੱਗੀ ਹੈ ਜੀ ਸੇਠ ਸਾਹਿਬ ਜੀ ਮਾਸ਼ਾਅੱਲਾ ਜੀ ਜੀ ਜਰਸਨ ਫਰੀ ਦੀਆਂ ਕਰਾਸ ਇੱਥੇ ਜੀ ਜੀ ਬਹੁਤ ਵੱਡੀ ਚਲੋ ਬਣਨ ਵਾਲੀ ਵੇ ਮਾਸ਼ਾਅੱਲਾ ਜੀ ਬਹੁਤ ਲੰਮੀ ਚੌੜੀ ਹੈ ਬਹੁਤ ਅੱਛੀ ਤੋਂ ਅੱਛੀ ਨਸਲ ਵਾਲੀ ਵੇਖੋ ਜੀ 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 ਤੇ ਸਿਫਤ ਅੱਲਾ ਪਾਕ ਦੀ ਕਰੀ ਔਰ ਅੱਲਾ ਤਾਲਾ ਦੇ ਨਬੀ ਦੀ ਤੇ ਜਾਨਵਰ ਚੰਗਾ ਵੇ ਮਾਸ਼ਾਅੱਲਾ ਜੀ ਤਕਰੀਬਨ ਸੂਣ ਚ ਤੇ ਦੂਸਰਾ ਸੂਏ ਸੂਣਾ ਸਿੱਗੀ ਮੋਹ ਚ ਵੇ ਜੀ ਜੀ 6 ਦੰਦ ਜੀ ਜੀ ਤੇ ਤਕਰੀਬਨ 7-10 ਦਿਨ ਲੈ ਵੰਜੇ 8 ਲੈ ਵੰਜੇ ਖੁਦਾ ਦੇ ਹੁਕਮ ਦੀ ਗੱਲ ਹੈ 8-10 ਦਿਨ ਲੈ ਵੰਜੇ ਉੱਥੇ ਤਲ ਵੀ ਹੋ ਸਕਦਾ ਤੇ ਮਾਸ਼ਾਅੱਲਾ ਤਲੋ ਬਹੁਤ ਵੱਡੀ ਵੈੜ ਹੈ ਸਭ ਬਣਨ ਵਾਲੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਤੇ ਲੰਮੀ ਵੇਖੋ ਇਹਦੀ ਲੰਮਾਈ ਵੇਖੋ ਅਛਾਈ ਵੇਖੋ ਜੀ ਠੀਕ ਹੋ ਗਿਆ ਜਨਾਬ ਤੇ ਇਹਦੇ ਸੇਠ ਸਾਹਿਬ ਫਾਈਨਲ ਜੇ ਪੈਸੇ ਦੇ ਮਾਨ ਕੇ ਉਹ ਫਾਈਨਲ ਜੇ ਅਗਰ ਇਹਦੀ ਨਸਲ ਵੇਖੀ ਵੰਜੇ ਤੇ ਵੈੜ ਹੈ 3.5 ਲੱਖ ਰੁਪਏ ਜੀ ਜੀ ਸਾਡੀ ਛੋਟੀ ਜੀ ਡਿਮਾਂਡ ਹੈ 2,90,000 ਦਾ ਜੀ ਠੀਕ ਹੋ ਗਿਆ ਦੂਸਰੀ ਗਾਂ ਦਿਖਾਓ ਜਨਾਬ ਜਨਾਬ ਦੂਸਰੀ ਗਾਂ ਦਿਖਾਓ ਜੀ ਮਾਸ਼ਾਅੱਲਾ ਦੂਸਰੀ ਬੈਡ ਵੇਖੋ ਜੀ ਜਨਾਬ ਇਧਰ ਦੇ ਕੰਮ ਵੇਖ ਰਹੇ ਜੀ ਮਾਸ਼ਾਅੱਲਾ ਜੀ ਜੀ ਮੋਜ ਚੌਗੀ ਜੀ ਜੀ ਇਹ ਵੀ ਜੀ ਜੀ ਤੇ ਬਸ ਬੜਾ ਸਾਊ ਜਾਨ ਇਤਨਾ ਸਾਊ ਜਾਨਵਰ ਮਾਸ਼ਾਅੱਲਾ ਮਾਸ਼ਾਅੱਲਾ ਸਿਫਤ ਅੱਲਾ ਪਾਕ ਦੀ ਆਈ ਸਾਫ ਕਰੀਏ ਤੇ ਤਕਰੀਬਨ ਇਸ ਦਿਨ ਘੱਟ ਬੈਣ ਦੇ 7-8 ਦਿਨ ਨੂੰ ਦਿਆਰ ਉੱਤੇ ਜਾਂ ਥੱਲੇ ਅੱਗੇ ਪਿੱਛੇ ਹੋ ਸਕਦਾ ਮੋਜ ਕੀ ਨਹੀਂ ਸੈਟ ਮੋਜ 4 ਦਿਨ ਇਹ 4 ਦਿਨ ਦੇ ਚੌਕੀ ਜਨਾਬ ਸਿਸਟਮ ਬੈਡ ਹੈ ਤਕਰੀਬਨ ਹਫਤਾ ਦਿਹਾੜ ਜਾਂ ਵੱਧ ਕਾਟੇ ਲੈਂਦੀ ਹੈ ਜਨਾਬ ਇਹ ਤੇ ਫਾਈਨਲ ਜੇ ਪੈਸੇ ਕਿੰਨੇ ਸੈਟ ਉੱਕਾ ਜੀ ਬਿਲਕੁਲ ਛੋਟੇ ਜੇ ਪੈਸੇ ਜਿਹੜੇ ਨਹੀਂ ਜੀ ਜੀ ਛੋਟੀ ਜੀ ਡਿਮਾਂਡ ਕਰਦੀ ਕਿਉਂ ਸਮਾਨ ਨਿਤ ਲੈਣਾ ਨਿਤ ਵੇਚਣਾ ਅੱਛੇ ਤੋਂ ਅੱਛਾ ਚੰਗੇ ਤੋਂ ਚੰਗਾ ਦੋਸਤਾਂ ਵਿਖਾਉਣਾ ਹੁੰਦਾ ਠੀਕ ਹੋ ਗਿਆ ਜਨਾਬ ਵੈਨ ਨੰਬਰ 3 ਦਿਖਾਓ ਹਾਂ ਜੀ ਵੈਨ ਨੰਬਰ 3 ਦੀ ਵੀਡੀਓ ਦਿਖਾ ਰਹੇ ਹਾਂ ਦੇਖੋ ਮਾਸ਼ਾਅੱਲਾ ਵੱਡੀ ਵੈਨ ਹੈ ਫਰੀਦੀਅਨ ਔਰ ਚੌੜਸਤਾਨੀ ਕਰਾਸ ਹੈ ਮੂੰਹ ਚੋ 6 ਦੰਦ ਹੈ ਜੀ ਸੇਠ ਸਾਹਿਬ ਜੀ ਮਾਸ਼ਾਅੱਲਾ ਜੀ ਜੀ ਅੱਛਾ ਵੈਨ ਦੇਖੋ ਜੀ ਜੀ ਮਾਸ਼ਾਅੱਲਾ ਨਵੇਂ ਤੋਂ ਨਵਾਂ ਜਾਨਵਰ ਔਰ ਅੱਛੇ ਤੋਂ ਅੱਛੇ ਜਾਨਵਰ ਜੀ ਠੀਕ ਹੋ ਗਿਆ ਜਨਾਬ ਫਰੀਦੀਅਨ ਚੌੜਸਤਾਨ ਅਸਲ ਚੌੜਸਤਾਨ ਕਰਾਸ ਹੈ ਜੀ ਠੀਕ ਹੋ ਗਿਆ ਇਹ ਵੈਨ ਮਾਸ਼ਾਅੱਲਾ ਨਾ ਹਾਈ ਸਾਹਿਬ ਜੀ ਜੀ ਇਹੋ ਜਿਹੇ ਜਾਨਵਰ ਹੋ ਜੀ ਜੀ 5-7 ਲੋਕ ਇਹ ਤੇ ਨਸੀਬ ਨਾਲ ਲੱਭਦੇ ਨਸੀਬਾਂ ਮਾਸ਼ਾਅੱਲਾ ਇਹ ਨਸੀਬ ਨਾਲ ਲੱਭਦਾ ਇਹ ਆਮ ਹਰ ਜਾ ਤੇ ਹਰ ਬੰਦੇ ਕੋਲ ਇਹੋ ਜਿਹੇ ਜਾਨਵਰ ਜਾਂ ਇਹ ਨਸਲ ਹੋ ਪਤਲੀ ਪੀਣੀ ਆਇਆ ਸਾਡੇ ਮੋਲ ਕਿੰਨੇ ਕੁ ਦਿਨ ਲੈਂਦੀ ਸੁਣੇ ਵਿੱਚ ਤੇ ਤਕਰੀਬਨ ਜੀ 8-10 ਦਿਨ ਹੋ ਤਕਰੀਬਨ ਹਫਤੇ ਤੋਂ ਜਿਆਦਾ ਵਾਰ ਜਾ ਕਰ ਯਾਰ ਬਾਦ ਜਾਂ ਘਾਟੋ ਲੈ ਵੈਂਦੀ ਵੇ ਬਹੁਤ ਵੱਡਾ ਜਾਨਵਰ ਹੈ ਤੇ ਫਾਈਨਲ ਦੇ ਪੈਸੇ ਕਿੰਨੇ ਨੇ ਸਰ ਜੀ ਫਾਈਨਲ ਦੇ ਪੈਸੇ ਇਸ ਮਾਲ ਹੁੰਦਾ ਅਸਾ ਵੇਚਣਾ ਜੀ ਜੀ ਨਿਤ ਲੈਣਾ ਨਿਤ ਦੇਣਾ ਮਾਸ਼ਾਅੱਲਾ ਜੀ ਜੀ ਤੇ ਜੇ ਅਗਰ ਇਹਦੀ ਨਸਲ ਵੇਖੀ ਵੰਜੇ ਤੇ ਵੈਣ ਹੈ 3.5 ਲੱਖ ਰੁਪਏ ਠੀਕ ਹੋਵੇ ਨਾ ਆ ਸਾਡਾ ਫਾਈਨਲ ਦੀ ਡਿਮਾਂਡ ਹੈ 3 ਲੱਖ ਰੁਪਏ ਜੀ ਠੀਕ ਹੋਵੇ ਫਾਲਤੂ ਨਹੀਂ ਹੈ ਸਭ ਪੈਸਾ ਠੀਕ ਹੋਵੇ ਵੈਨ ਨੰਬਰ 4 ਦਿਖਾਓ ਜੀ ਜੀ ਮਾਸ਼ਾਅੱਲਾ ਐਸਾ ਵੈਨ ਵੇਖੋ ਜੀ ਜੀ ਚੌਲਸਤਾਨੀ ਵੈਨ ਹੋ ਤੇ ਸਭ ਕੋਲੇ ਤੇ ਮਾਸ਼ਾਅੱਲਾ ਵੇਖ ਰਹੇ ਨੇ ਜੀ ਜੀ ਇਹ ਇੰਜ ਵੈਨ ਨਹੀਂ ਆ ਭਾਈ ਸਾਹਿਬ ਜੀ ਜੀ ਮਾਸ਼ਾਅੱਲਾ ਇਹਨੂੰ ਵੇਖੋ ਬੜੀ ਸਾਊ ਵੈਨ ਮਾਸ਼ਾਅੱਲਾ ਸਾਊ ਜਿਤਣੀ ਆ ਖੀਤਣੀ ਜੀ ਠੀਕ ਹੋ ਇੰਜ ਗਰੀਬ ਅਸੀ ਅੱਛੀ ਨਸਲ ਦੀ ਜੀ ਜੀ ਇਹ 6 ਦੰਦ ਦੇ ਜੀ ਠੀਕ ਹੋ ਗਿਆ ਜਨਾਬ ਤੇ ਕਿੰਨੇ ਕਿ ਦਿਨ ਲੈਂਦੀ ਸੁਣੋ ਮਾਸ਼ਾਅੱਲਾ ਦਿਨ ਇਹ ਲੈ ਵੈਂਦੀ ਰੇ 7-8 ਦਿਨ 9 ਦਿਨ 10 ਹੋ ਵੇ ਜੇ ਵੇਖੋ ਜਿਸ ਨੂੰ ਖੁਦਾ ਦਾ ਹੁਕਮ ਹੋਵੇ ਯਾਰ ਅੱਗੇ ਜਾਂ ਪਿੱਛੇ ਇਹ ਕਿਹੜਾ ਕਰਾਸ ਹੈ ਇਹ ਮਾਸ਼ਾਅੱਲਾ ਸਹੀਵਾਲ ਆ ਸਹੀਵਾਲ ਆ ਗਿਆ ਜੀ ਚੌਲਸਤਾਨ ਫਰੀਦੀਅਨ ਜੀ ਇਹਨੂੰ ਵੇਖੋ ਜੀ ਜੀ ਮਾਸ਼ਾਅੱਲਾ ਜੀ ਫਰੀਦੀਅਨ ਚੌਲਸਤਾਨੀ ਕਰਾਸ ਹੈ ਵੈੜ ਔਰ ਹਫਤਾ ਕ ਲੈਂਦੀ ਹੈ ਮੂੰਹ ਚ 6 ਦੰਦ ਹੈ ਕਾਲਾ ਥਾਂ ਜੀ ਮਾਸ਼ਾਅੱਲਾ ਜੀ ਵੇਖਣਾ ਮਾਸ਼ਾਅੱਲਾ ਮਾਸ਼ਾਅੱਲਾ ਅਸਲ ਚੌਲਸਤਾਨ ਇਹ ਤੇ ਫਾਈਨਲ ਦੇ ਪੈਸੇ ਕਿੰਨੇ ਨੇ ਇਹਦੇ ਜੀ ਫਾਈਨਲ ਦੇ ਤੇ ਵੇਖੀਏ ਨਸਲ ਜੀ ਵੇਖੀਏ ਜਾਂ ਜੇ ਕੰਮ ਵੇਖੀਏ ਇਹ ਵੀ 2.5 ਲੱਖ ਰੁਪਏ ਜੀ ਅਸਲ ਛੋਟੀ ਜੀ ਡਿਮਾਂਡ ਸਾਡੀ 2,10,000 ਰੁਪਏ ਜੀ ਠੀਕ ਹੋ ਗਿਆ ਜਨਾਬ ਅਸਲਾਮ ਅਲੈਕਮ ਜਨਾਬ ਵੈਲ ਨੰਬਰ 5 ਦੀ ਤੁਹਾਨੂੰ ਅਸੀਂ ਵੀਡੀਓ ਦਿਖਾ ਰਹੇ ਹਾਂ ਦੇਖੋ
ਪਹਿਲਣ ਵੈੜੇ ਜੀ ਦੱਸੋ ਸੇਠ ਸਾਹਿਬ ਮਾਸ਼ਾ ਅੱਲਾ ਵੈੜ ਵੇ ਖਵਾਈ ਸਾਹਿਬ ਜੀ ਜੀ ਪਹਿਲਣ ਵੈੜੇ ਜੀ ਜੀ ਫਰੀਦੀਨ ਕਰਾਸ ਇੱਥੇ ਜੀ ਜੀ ਬਹੁਤ ਅੱਛੀ ਨਸਲ ਦੀ ਥਾਣੇ ਤੇ ਮਾਸ਼ਾ ਅੱਲਾ ਮਾਝਾ ਲਾ ਵੇਖੋ ਜੀ ਜੀ ਇਹਦੇ ਮਾਸ਼ਾ ਅੱਲਾ ਵੈੜ ਵੇਖੋ ਜੀ ਨੰਬਰ 5 ਹੋ ਜੀ ਜੀ ਅੱਛੀ ਨਸਲ ਦੀ ਅੱਛੇ ਖਾਨਦਾਨ ਦੀ ਅਸਲਾਮ ਅਲੈਕੁਮ ਵੈੜ ਨੰਬਰ 5 ਦਿਖਾਓ ਜੀ ਜੀ ਹਾਈ ਸਾਹਿਬ ਮਾਸ਼ਾ ਅੱਲਾ ਵਾਲੇਕੁਮ ਸਲਾਮ ਵੈੜ ਨੰਬਰ 5 ਦੇਖੋ ਜੀ 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 ਮਾਝ ਵਾਲਾ ਥਾਣੋ ਜੀ ਜੀ ਮਾਸ਼ਾ ਅੱਲਾ ਇਹਦਾ ਕਰਾਸ ਵੇਖੋ ਬਹੁਤ ਅੱਛੇ ਤੋਂ ਅੱਛਾ ਹੈ ਮਾਸ਼ਾ ਅੱਲਾ ਜੀ ਇਹਦਾ ਕਰਾਸ ਅਸਲ ਵਿੱਚ ਬਣਦਾ ਫਰੀਦੀਨ ਆਸਟ੍ਰੇਲੀਆ ਵਿੱਚ ਜੀ ਜੀ ਤੇ ਉਹ ਜਵਾਲ ਵੇਖੋ ਨਾ ਜੀ ਇਹ ਜਣ ਪਹਿਲਰ ਵੈੜੇ ਚੌਗੀ ਪਹੁੰਚ ਜਵੇ ਮਾਸ਼ਾ ਅੱਲਾ ਸਾਊ ਅਸੀਲ ਹੋ ਥਾਣ ਚੰਗਾ ਹਰ ਕੰਮ ਇਹਦਾ ਚੰਗਾ ਜਨਾਬ ਕਿੰਨੇ ਦਿਨ ਲੰਦੀ ਸੋਨੇ ਵਿੱਚ ਇਹ ਸੂੜੇ ਚ ਤਕਰੀਬਨ ਜੀ 7-8 ਦਿਨ ਹੋ ਯਾਰ ਅੱਗੇ ਜਾਂ ਪਿੱਛੇ ਇਹ ਤੇ ਖੁਦਾ ਦੇ ਹੁਕਮ ਦੀ ਗੱਲ ਹੈ ਇਹ ਮੂੰਹ ਚ ਚਾਰ ਦਾਂਦੇ ਮੂੰਹ ਚ ਚਾਰ ਦਾਂਦੇ ਜੀ ਫਸਟ ਟਾਈਮ ਮਾਸ਼ਾ ਅੱਲਾ ਫਸਟ ਟਾਈਮ ਹੈ ਤੇ ਛੋਟੀ ਤੇ ਛੋਟੀ ਦੀ ਜੀ ਕੰਮ ਵੇਖੀ ਕਿਰਦਾਰ ਦੀ ਅੱਛੀ ਨਸਲ ਹੋ ਤੇ ਵੇ 3 ਲੱਖ ਰੁਪਏ ਇਹਦੀ ਫਾਈਨਲ ਦੇ ਡਿਮਾਂਡ ਹੈ 2.5 ਲੱਖ ਜੀ ਠੀਕ ਹੋ ਗਿਆ ਜਨਾਬ ਠੀਕ ਹੋ ਗਿਆ ਜਨਾਬ ਅੱਗੇ ਵੈਡ ਨੰਬਰ 6 ਦਿਖਾਓ ਹਾਂ ਜੀ ਕਿਰਦਾਰ ਵੇਖੋ ਜੀ ਜੀ ਬੰਦਾ ਇਹਦੇ ਨਾਲ ਖਲੋਵੇ ਤੇ ਹੱਥ ਕਰੇ ਤੇ ਤਾਂ ਹੱਥ ਫੜਦਾ ਤੇ ਮੂੰਹ ਚੋ ਚਾਰ ਦੰਦ ਮੂੰਹ ਚੋ ਚਾਰ ਦੰਦ ਪਹਿਲਾ ਸੂਆ ਜੇ ਤੇ ਕਿੰਨੇ ਦਿਨ ਲੈਂਦੀ ਹੈ ਸੋਨੇ ਤਕਰੀਬਨ ਸੂਣ ਚ ਜੀ 7-8 ਦਿਨ ਹੋ ਯਾਰ ਉੱਤੇ ਯਤਲੇ ਜੀ ਠੀਕ ਹੋ ਗਿਆ ਜਨਾਬ ਹੋ ਸਕਦਾ ਵੇ ਸੋਨੇ ਵਿੱਚ ਹਫਤਾ ਲੈਂਦੀ ਹੈ ਹਫਤਾ ਸਵਾ ਲੈਂਦੀ ਵੇ ਦਿਹਾੜ ਵੱਧ ਜਾਂ ਦਿਹਾੜ ਕੱਢਦੀ ਹੋਰ ਜੜ ਨਹੀਂ ਜੀ ਮਾਸ਼ਾਅੱਲਾ ਮਾਸ਼ਾਅੱਲਾ ਦਾ ਖੂਨ ਵੇਖੋ ਸੁਭਾਨ ਅੱਲਾ ਇਹ ਰੰਗ ਵੇਖੋ ਜੀ ਮਾਸ਼ਾਅੱਲਾ ਤੇ ਡਿਮਾਂਡ ਦੀ ਇਹ ਫਾਈਨਲ ਜੀ ਜੀ ਛੋਟੀ ਤੋਂ ਛੋਟੀ ਇਹਦੇ ਕਾਦੋ ਔਰ ਇਹਦੀ ਨਸਲ ਵੇਖੀਏ ਤੇ ਵੈਲ ਹੈ 4 ਲੱਖ ਰੁਪਏ ਜੀ ਜੀ ਸਾਡੀ ਛੋਟੀ ਜਿਹੀ ਡਿਮਾਂਡ ਹੈ 3 ਲੱਖ ਰੁਪਏ ਜੀ ਠੀਕ ਹੋ ਗਿਆ ਸਰ ਠੀਕ ਹੋ ਗਿਆ ਸਭ ਦੋਸਤਾਂ ਨੂੰ ਭਾਈਆਂ ਨੂੰ ਬੱਚਿਆਂ ਨੂੰ ਮੇਰੀ ਤਰਫੋਂ ਸੇਠ ਸਾਹਿਬ ਦੀ ਤਰਫੋਂ ਬੇਟੇ ਇਮਰਾਨ ਦੀ ਤਰਫੋਂ ਸਭ ਨੂੰ ਬਹੁਤ ਬਹੁਤ ਅਸਲਾਮ ਅਲੈਕੁਮ ਜਨਾਬ ਵੀਡੀਓ ਲਾਈਕ ਕਰੋਗੇ ਸਭ ਦੋਸਤਾਂ ਨੂੰ ਬਹੁਤ ਪਸੰਦ ਆਏਗੀ ਜਨਾਬ ਵੈਲ ਨੰਬਰ 7 ਦਿਖਾਓ ਖਾਂ ਜੀ ਮਾਸ਼ਾਅੱਲਾ ਜੀ ਪਹਿਲਣ ਵੇਲੇ ਚਾਰ ਦਾਂਦੇ ਨਸਲ ਵੇਖੋ ਜੀ ਅੱਛੀ ਨਸਲ ਦੀ ਅੱਛੀ ਖਾਨਦਾਨ ਦੀ ਥਾਣ ਵੇਖੋ ਦਾ ਮਾਸ਼ਾਅੱਲਾ ਮਾਸ਼ਾਅੱਲਾ ਪਹਿਲੇ ਸੂਏ ਹੋ ਕੇ ਜੀ ਜੀ ਤੇ ਸਿਫਤ ਲਪਾਕ ਦੀ ਕਰੀਏ ਬਹੁਤ ਅੱਛੀ ਵੈਲ ਸੋਹਣੀ ਵੈੜ ਫਰੀਦੀਨ ਕਰਾਸ ਬਹੁਤ ਅੱਛੀ ਨਸਲ ਦੀ ਦੋ ਘੰਟੇ ਹੋਏ ਸੂਏ ਤਕਰੀਬਨ 1.5 ਘੰਟੇ ਜੇਰ ਵੀ ਹੁਣ ਮਾਸ਼ਾਅੱਲਾ ਕਲੀਅਰ ਸੱਟ ਦਿੱਤੀ ਸੀ ਜਿਸ ਜਵਾਨ ਨੂੰ ਤਬੀਅਤ ਖੁਸ਼ ਲੱਗੇ ਸਾਡੇ ਨਾਲ ਰਾਬਤਾ ਕਰ ਲਵੇ ਜੀ ਠੀਕ ਹੋ ਗਿਆ ਜਨਾਬ ਸਭ ਦੋਸਤਾਂ ਨੂੰ ਭਾਈਆਂ ਨੂੰ ਬੱਚਿਆਂ ਨੂੰ ਮੇਰੀ ਤਰਫੋਂ ਸੇਠ ਸਾਹਿਬ ਦੀ ਤਰਫੋਂ ਔਰ ਬੇਟੇ ਇਮਰਾਨ ਦੀ ਤਰਫੋਂ ਸਭ ਨੂੰ ਬਹੁਤ ਬਹੁਤ ਅਸਲਾਮ ਅਲੈਕੁਮ ਆਪਣੀ ਦੁਆਵਾਂ ਯਾਦ ਰੱਖਣਾ ਜੀ ਬਹੁਤ ਸ਼ੁਕਰੀਆ ਜੀ